IPL 2022 ਦੇ ਸੀਜ਼ਨ ਦਾ ਅੱਜ ਫਾਈਨਲ ਮੁਕਾਬਲਾ ਖੇੜਿਆ ਜਾਣਾ ਹੈ। ਗੁਜਰਾਤ ਅਤੇ ਰਾਜਸਥਾਨ ਵਿਚਾਲੇ ਅੱਜ ਫਾਈਨਲ ਟੱਕਰ ਹੋਵੇਗੀ। ਰਾਤ 8 ਵਜੇ ਅਹਮਦਾਬਾਦ 'ਚ ਇਹ ਮੈਚ ਖੇੜਿਆ ਜਾਵੇਗਾ। ਹਾਰਦਿਕ ਪੰਡਿਆਰ ਦੀ ਕਪਤਾਨੀ 'ਚ ਗੁਜਰਾਤ ਡੈਬਿਊ ਸੀਜ਼ਨ 'ਚ ਹੀ ਫਾਈਨਲ 'ਚ ਪਹੁੰਚ ਗਈ ਹੈ, ਜਦਕਿ ਸੰਜੂ ਸैमਸਨ ਦੀ ਕਪਤਾਨੀ 'ਚ ਖੇਡ ਰਹੀ ਰਾਜਸਥਾਨ ਦੀ ਟੀਮ ਸਾਲ 2008 ਤੋਂ ਬਾਅਦ ਪਹਿਲੀ ਵਾਰ ਫਾਈਨਲ 'ਚ ਹੈ। ਦੋਵੇਂ ਟੀਮਾਂ ਦਾ ਇਸ ਸੀਜ਼ਨ ਦੇ ਵਿੱਚ ਦੋ ਵਾਰ ਆਹਮੋ ਸਾਹਮਣਾ ਹੋਇਆ ਹੈ ਦੋਹਾਂ ਹੀ ਮੈਚਾਂ 'ਚ ਗੁਜਰਾਤ ਨੇ ਬਾਜ਼ੀ ਮਾਰੀ ਸੀ ਹੁਣ ਦੇਖਣਾ ਹੋਵੇਗਾ ਕਿ ਅੱਜ ਚੈਂਪੀਅਨ ਵਾਲੀ ਟਰੋਫੀ ਗੁਜਰਾਤ ਲੈ ਕੇ ਜਾਂਦੀ ਹੈ ਜਾਂ ਜਿਤਦਾ ਸੇਰਾ ਰਾਜਸਥਾਨ ਦੇ ਸਿਰ ਬੱਜਦਾ ਹੈ